ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਡੈਸੀਮਲਸ ਬਾਰੇ ਗੱਲ ਕਰਾਂਗੇ ਦਾ ਨੰਬਰ ਐਕਸਪ੍ਰੈਸਡ ਇਨ ਡੈਸੀਮਲ ਫਾਰਮ ਆਰ ਕਾਲਡ ਡੈਸੀਮਲਸ ਨੰਬਰ ਜਿਹੜੇ ਕਿ ਡੈਸੀਮਲ ਦੀ ਫਾਰਮ ਦੇ ਵਿੱਚ ਐਕਸਪ੍ਰੈਸ ਕੀਤੇ ਜਾਣ ਉਹਨਾਂ ਨੂੰ ਅਸੀਂ ਡੈਸੀਮਲਸ ਕਹਿੰਦੇ ਹਾਂ ਫੋਰ ਐਗਜ਼ਾਮਪਲ 4.5, 16.28, 8.364, 0.0050 ਇਹਦੇ ਵਿੱਚ ਤੁਸੀਂ ਜਦੋਂ ਬੋਲਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਪੁਆਇੰਟ ਤੋਂ ਜਿਹੜੇ ਪਹਿਲੇ ਨੰਬਰ ਵਾਲੇ ਡਿਜੀਟ ਹੋਣ ਉਹਨਾਂ ਨੂੰ ਅਸੀਂ ਐਜ਼ ਏ ਜਿਸ ਤਰ੍ਹਾਂ ਬੋਲਦੇ ਹਾਂ 416 28 23 ਠੀਕ ਹੈ ਉਸੇ ਤਰੀਕੇ ਨਾਲ ਅਸੀਂ ਬੋਲ ਸਕਦੇ ਹਾਂ ਬਟ ਪੁਆਇੰਟ ਤੋਂ ਜਿਹੜੇ ਬਾਅਦ ਵਾਲੇ ਡਿਜੀਟ ਹੁੰਦੇ ਹਨ ਉਹਨਾਂ ਨੂੰ ਅਸੀਂ ਇਕੱਲਾ ਇਕੱਲਾ ਬੋਲਣਾ ਹੁੰਦਾ ਹੈ ਲਾਈਕ ਜਿੱਦਾਂ 28 ਅਸੀਂ ਇਹਨੂੰ 28 ਨਹੀਂ ਕਹਾਂਗੇ ਅਸੀਂ ਕਹਾਂਗੇ 2 8 ਹਾਂਜੀ ਹੁਣ ਡੈਸੀਮਲ ਦੇ ਦੋ ਪਾਰਟਸ ਹੁੰਦੇ ਹਨ ਇਦੇ ਵਿੱਚ ਮੰਨ ਲਓ ਪੁਆਇੰਟ ਹੈ ਠੀਕ ਹੈ ਜਿਹੜਾ ਪੁਆਇੰਟ ਹੈ ਇਹਦੇ ਵਿੱਚ ਉਸ ਨੂੰ ਤਾਂ ਅਸੀਂ ਡਾਟ ਵੀ ਕਹਿ ਸਕਦੇ ਹਾਂ ਪੁਆਇੰਟ ਵੀ ਕਹਿ ਸਕਦੇ ਹਾਂ ਠੀਕ ਹੈ ਪੁਆਇੰਟ ਤੋਂ ਜਿਹੜਾ ਪਹਿਲੇ ਨੰਬਰ ਵਾਲਾ ਡਿਜੀਟ ਹੁੰਦਾ ਉਸ ਨੂੰ ਅਸੀਂ ਹਾਲ ਨੰਬਰ ਪਾਰਟ ਕਹਾਂਗੇ ਹਾਲ ਨੰਬਰ ਪਾਰਟ ਔਰ ਪੁਆਇੰਟ ਤੋਂ ਜਿਹੜਾ ਇਹ ਦੂਸਰੇ ਨੰਬਰ ਵਾਲਾ ਡਿਜੀਟ ਹੁੰਦਾ ਹੈ ਉਸ ਨੂੰ ਅਸੀਂ ਡੈਸੀਮਲ ਪਾਰਟ ਕਹਿੰਦੇ ਹਾਂ ਠੀਕ ਹੈ ਮੈਂ ਤਾਂ ਇਧਰ ਵਾਲੇ ਪਾਰਟਸ ਨੂੰ ਹੋਲ ਨੰਬਰ ਪਾਰਟ ਜਾਨੀ ਕਿ ਪੂਰੇ ਦਾ ਪੂਰਾ ਅਸੀਂ ਬੋਲਾਂਗੇ ਜਿੱਦਾਂ ਜੇ ਤਾਂ ਇੱਕੋ ਹੀ ਪਾਰਟ ਹੈ ਜਿੱਦਾਂ 4 ਹੈ ਤੇ ਕੱਲਾ 4 ਹੀ ਬੋਲਾਂਗੇ ਜੇ 4 ਦੇ ਨਾਲ ਕੋਈ ਹੋਰ ਡਿਜੀਟ ਲੱਗਾ ਹੋਵੇ ਜਿੱਦਾਂ ਮੰਨ ਲਓ ਇਹ ਵਾਲਾ ਸੀਗਾ ਆਹ ਪਾ ਵਾਲਾ ਐਗਜ਼ਾਮਪਲ ਲੈ ਲੈਨੇ 16 ਤੇ ਸਾਨੂੰ ਅਸੀਂ 16 ਹੀ ਕਹਾਂਗੇ ਠੀਕ ਹੈ ਬਟ ਪੁਆਇੰਟ ਜਿਹੜਾ ਇਧਰ ਵਾਲਾ ਹੁੰਦਾ ਉਸ ਨੂੰ ਅਸੀਂ ਕੱਲਾ-ਕੱਲਾ ਬੋਲਣਾ ਹੁੰਦਾ ਹੈ 2 8 ਆਹ ਹੁਣ ਇਸ ਦੀਆਂ ਦੋ ਟਾਈਪਸ ਹੁੰਦੀਆਂ ਹਨ ਡੈਸੀਮਲਸ ਦੀਆਂ ਉਹਦਾ ਬਾਰੇ ਵੀ ਜਾਣਕਾਰੀ ਲੈਂਦੇ ਹਾਂ ਟਾਈਪਸ ਆਫ ਡੈਸੀਮਲ ਦੇ ਵਿੱਚ ਦੋ ਟਾਈਪਸ ਆ ਜਾਂਦੀਆਂ ਹਨ ਫਰਸਟ ਹੈਗਾ like decimals like decimals decimals having the same number of decimal place decimal places are called the like decimal ਡੈਸੀਮਲ ਪਲੇਸਸ ਫੋਰ ਐਗਜ਼ਾਮਪਲ ਮੰਨ ਲਓ 4.56 ਪੁਆਇੰਟ ਤੋਂ ਬਾਅਦ ਵਾਲੇ ਜਿਹੜੇ ਡਿਜੀਟ ਹੋਣ ਨਾ ਉਹਨਾਂ ਨੂੰ ਅਸੀਂ ਡੈਸੀਮਲ ਪਲੇਸਸ ਵੀ ਕਹਿ ਦਿੰਦੇ ਹਾਂ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਲਾਈਕ ਡੈਸੀਮਲਸ ਹਨ ਮੰਨ ਲਓ ਦੋ ਤਿੰਨ ਐਗਜ਼ਾਮਪਲਸ ਲੈਣੇ ਹਨ ਆਪਾਂ ਇਹਦੇ ਵਿੱਚ ਤੁਸੀਂ ਡੈਸੀਮਲ ਤੋਂ ਬਾਅਦ ਵਾਲੇ ਜਿਹੜੇ ਡੈਸੀਮਲ ਪਲੇਸਸ ਹੁੰਦੇ ਹਨ ਉਹ ਦੇਖਣੇ ਹੁੰਦੇ ਹਨ ਕਿ ਇਹ ਇਹਨਾਂ ਦੇ ਜਿਹੜੇ ਨੰਬਰਸ ਹਨ ਉਹ ਸੇਮ ਹਨ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਪੁਆਇੰਟ ਤੋਂ ਬਾਅਦ ਵਾਲੇ ਜਿਹੜੇ 2 ਡਿਜੀਟ ਹਨ 1 2 ਪੁਆਇੰਟ ਤੋਂ ਬਾਅਦ ਵਾਲੇ 2 ਡਿਜੀਟ ਹਨ 1 2 ਪੁਆਇੰਟ ਤੋਂ ਬਾਅਦ ਵਾਲੇ 2 ਡਿਜੀਟ ਹਨ 1 2 ਸੋ ਆਪਾਂ ਦੇਖ ਸਕਦੇ ਹਾਂ ਕਿ ਇਹ ਸਾਰੇ ਜਿੰਨਾਂ ਵੀ ਮੈਂ ਐਗਜ਼ਾਮਪਲਸ ਲਈਆਂ ਹਨ ਇਹਨਾਂ ਦੇ ਵਿੱਚ ਪੁਆਇੰਟ ਤੋਂ ਜਿਹੜੇ ਡੈਸੀਮਲ ਪਲੇਸਸ ਹਨ ਉਹ ਕਿਹੜੇ ਹਨ 2 2 ਹਨ ਇਟ ਮੀਨਸ ਸੇਮ ਆ ਰਹੇ ਹਨ ਠੀਕ ਹੈ ਇਸ ਕਰਕੇ ਆਪਾਂ ਇਹਨਾਂ ਨੂੰ ਲਾਈਕ ਡੈਸੀਮਲ ਕਹਾਂਗੇ ਇਹਦੀ ਇੱਕ ਹੋਰ ਟਾਈਪ ਹੈ ਅਨਲਾਈਕ ਡੈਸੀਮਲ ਅਨਲਾਈਕ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਿਨ੍ਹਾਂ ਦੇ ਵਿੱਚ ਹੈਵਿੰਗ ਦਾ ਡਿਫਰੈਂਟ ਨੰਬਰ ਆਫ ਡੈਸੀਮਲ ਪਲੇਸ ਪਲੇਸਸ ਆਰ ਕਾਲਡ ਅਨਲਾਈਕ ਡੈਸੀਮਲ ਇਹਦੇ ਵਿੱਚ ਵੀ ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਦੱਸਦੀ ਹਾਂ ਮੰਨ ਲਓ ਐਗਜ਼ਾਮਪਲ ਹੈ 6.4 3.85 9.5 ਪੁਆਇੰਟ 712 ਠੀਕ ਹੈ ਡੈਸੀਮਲ ਪਲੇਸਸ ਇੱਥੇ ਸਿਰਫ ਇੱਕ ਹੀ ਡਿਜੀਟ ਆ ਇੱਥੇ ਦੋ ਡਿਜੀਟ ਹਨ ਇੱਥੇ ਕਿੰਨੇ ਡਿਜੀਟ ਹਨ ਤਿੰਨ ਇਹ ਡਿਫਰੈਂਟ ਡਿਫਰੈਂਟ ਡਿਜੀਟ ਆ ਡੈਸੀਮਲ ਪਲੇਸਸ ਦੇ ਵਿੱਚ ਇਸ ਤਰੀਕੇ ਨਾਲ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਅਨਲਾਈਕ ਡਿਜੀਟ ਹਨ